ਕਿਹੜੀ ਗੱਲ ਤੋਂ ਪੈ ਰੋਂਦੇ ਹੋ ਸਾਡੇ ਖਿਲਾਫ ਮਹਿੰਗਾਈ ਅਸੀਂ ਕੀਤੀ ਅਸੀਂ ਤਾਂ ਲਾਹੌਰ ਚ ਐਡੀ ਵੱਡੀ ਕਾਨਫਰੰਸ ਕੀਤੀ ਚੰਦੇ ਦਾ ਐਲਾਨ ਕੀਤਾ ਜੀ ਕਿਸੇ ਕੋਲ ਦਰਵਾਜ਼ੇ ਤੇ ਗਏ ਅਸੀਂ ਕੋਈ ਗਲੀ ਗਲੀ ਫਿਰਿਆ ਨਾ ਨਾ ਕੌਣ ਦੇਤਾ ਹੈ ਦੇਣੇ ਕੋ ਮੂੰਹ ਚਾਹੀਏ ਦੇਣੇ ਵਾਲਾ ਹੈ ਸੱਚਾ ਅਸੀਂ ਇਲੈਕਸ਼ਨ ਵੀ ਬਗੈਰ ਚੰਦੇ ਤੋਂ ਲੜਿਆ ਇਹ ਤਾਂ ਦਰਦਨ ਪੀੜਾਂ ਹੋਰ ਤੇ ਫੱਕੀਆਂ ਹੋਰ ਕਰੋੜਾਂ ਕਰੋੜਾਂ ਰੁਪਏ ਲੋਕ ਆਪਣੀ ਪਾਰਟੀ ਉਹਨਾਂ ਕੋਲ ਜਨਾਬ ਫੰਡ ਲੈਂਦੇ ਸਨ ਪੂਰੇ ਪਾਕਿਸਤਾਨ 560 ਬੰਦਾ ਸੀ ਖੜਾ ਕੀਤਾ ਮੈਂ ਇੱਕ ਰੁਪਏ ਵੀ ਕਿਸੇ ਕੋਲੋਂ ਨਹੀਂ ਲਿਆ ਪਾਰਟੀ ਫੰਡ ਵੀ ਨਹੀਂ ਲਿਆ ਸ਼ਾਹ ਜੀ ਲਿਆ ਹੋਰ ਤੇ ਕਿਹੜਾ ਐਮ ਪੀ ਐਮ ਐਨ ਬੈਠੇ ਹਾਂ ਇਹਨਾਂ ਕੋਲ ਅਸੀਂ ਰੁਪਈਆ ਵੀ ਕਦੀ ਕਿਸੇ ਹਾਂਜੀ ਜਨਾਬ ਤੁਸੀਂ ਐਮ ਐਨ ਐਨ ਆਰ ਵਾਲ ਉਹਦੇ ਅਹਸਨ ਇਕਬਾਲ ਦੇ ਮੁਕਾਬਲੇ ਚ ਇਹਨਾਂ ਖੜੇ ਹੋਏ ਦੱਸੋ ਜੀ ਰੁਪਈਆ ਲਿਆ ਮੈਂ ਤਾਂ ਇਹਨਾਂ ਕੋਲ ਰੋਟੀ ਖਾਣ ਦਾ ਹੀ ਰਵਦਾਰ ਕੋਈ ਨਹੀਂ ਬੈਠੋ ਇਹ ਤਾਂ ਤਬਦੀਲੀ ਇਹ ਤਬਦੀਲੀ ਸੀ ਇਹ ਤਬਦੀਲੀ ਸੀ ਇਹ ਤਬਦੀਲੀ ਨਹੀਂ ਕਿ ਬੰਦਾ 300 ਕਨਾਲ ਦੇ ਮਹੱਲੇ ਚ ਰਹਿੰਦਾ ਹੋਵੇ ਤੇ ਕਵੇ ਜੀ ਮੈਂ ਗਰੀਬੋ ਕੀ ਬਾਤ ਕਰਤਾ ਹੂੰ ਗਰੀਬਾਂ ਦੀਆਂ ਗੱਲ ਮੈਂ ਕਰ ਸਕਦਾ ਜਿਹੜਾ 20 ਸਾਲ ਹੋਏ ਨੇ ਕਮਰੇ ਵਿੱਚ ਰਹਿ ਰਿਹਾ ਹਾਂਜੀ ਮੈਂ ਗੱਲ ਕਰ ਸਕਦਾ ਗਰੀਬ ਦੀ 300 ਕਨਾਲ ਮਹੱਲਾ ਰਹਿਣ ਵਾਲਾ ਉਹਨੂੰ ਕੀ ਪਤਾ ਹੈ ਫੁੱਟਪਾਥ ਤੇ ਜਿਹੜਾ ਸੁੱਤਾ ਰਾਤ ਉਹਦੀ ਕਿਵੇਂ ਗੁਜ਼ਰੀ ਜਾਂ ਜਿਹਦੇ ਕੋਲ ਪੈਸੇ ਨਹੀਂ ਸਨ ਪਿੰਡੋਂ ਪਿਓ ਚੁੱਕ ਕੇ ਲਿਆ ਬਿਮਾਰ ਜਦੋਂ ਹਸਪਤਾਲ ਦੇ ਦਰਵਾਜ਼ੇ ਤੇ ਪਹੁੰਚਿਆ ਡਾਕਟਰ ਨੇ ਕਿਹਾ ਇਤਨੇ 1000 ਪੈਸਾ ਚਾਹੀਦਾ ਉਹ ਕਹਿੰਦਾ ਇਤਨੇ 1000 ਹੁੰਦੇ ਤੇ ਮੈਂ ਗਰੀਬ ਹੁੰਦਾ ਉਹਨੇ ਕਿਹਾ ਨਹੀਂ ਤਾਂ ਫਿਰ ਉਹ ਆਪਣੇ ਪਿਓ ਫਿਰ ਬਿਮਾਰ ਚੁੱਕ ਕੇ ਲੈ ਗਿਆ ਉਹਨੂੰ ਕੀ ਪਤਾ ਗੁਰਬਤ ਕਿਸ ਚੀਜ਼ ਦਾ ਨਾਂ ਹੈ